साबका मंत्री सरदार बलकीर सिंह दाखा जी, साकरदेव सिंह लाफरा, डिस्ट्रिक्ट कांग्रेस कमेटी के साबका प्रधान। एक दो गल्लां करनियां बहुत जरूरी सी। असीं बेनती करन इह आए हां कि अज तों 5 साल पहला नगर कौंसल दीआं चोणां होईआं। मेरा छोटा भी जग्गी उदों भी कांग्रेस की टिकट तों लड़े सीगे, और आपां देखीए 5 सालां दे विच कौन तुहाडे दुख सुख दे विच तुहाडे नाल खड़ा, हल्के दे काम किहदे कीते। आ पिछे जे 1 साल तों आपां देख रहे बीमारी सीगी, किवें हरेक दे घरे इन्हां ने राशन पहुंचाया। जग्गी नरम सुभा दा है पर बड़ा अटल है, जिहड़ी गल सोच लैंदा या लोकां दे नाल जिथे खड़दा है इहदी पिट सुणदी है कि इह आपदी गल तों पिछे नहीं हटदा। तां मैं तुहाडा ज्यादा वक्त नहीं लैणा, आने वाला समा तुहाडा है, तुसीं चुनना है आपका काउंसलर। 5 साल इन्हें दिन भर रात तुहाडी सेवा कीती, आने वाला 5 साल आपां देखिए, हले कांग्रेस पार्टी की सरकार है, अगे भी आपां आपदी सरकार बनाउण जा रहे हैं। दाखा साहब ने दिन भर रात मेहनत की, हरेक वार्ड के विच करोड़ां रुपए खर्च किया, ਤੁਹਾਡੀ ਜਿਹੜੀ ਬੁਨਿਆਦੀ ਸਹੂਲਤ ਆ ਉਹ ਤੁਹਾਡੇ ਤੱਕ ਪਹੁੰਚਾਈ। ਜੋ ਵੀ ਆਪਣੇ ਵਿਕਾਸ ਦੇ ਕੰਮ ਅਧੂਰੇ ਰਹਿ ਗਏ ਨੇ, ਜੱਗੀ ਅੱਜ ਇੱਥੇ ਵਿੱਚ ਆਪਣੇ ਖੜਾ। ਇਹਦੇ ਵੱਲੋਂ ਸਾਰੀ ਕਾਂਗਰਸ ਪਾਰਟੀ ਤੁਹਾਨੂੰ ਯਕੀਨ ਦਿਵਾਉਂਦੀ ਆ ਕਿ ਤੁਹਾਡਾ ਹਰੇਕ ਜਿਹੜਾ ਕੰਮ ਅਧੂਰਾ ਪਿਆ ਹੈ ਉਹ ਦਾਖਾ ਸਾਹਿਬ ਦੇ ਨਾਲ ਰਲ ਕੇ ਅਸੀਂ ਸਾਰੇ ਪੂਰੇ ਕਰਾਂਗੇ। ਪਰ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਆਪਦਾ ਕਾਉਂਸਲਰ ਆਪ ਬਣਾਈਏ, ਜੱਗੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਾਂ ਕਾਮਯਾਬ ਕਰੀਏ। ਇੰਨਾ ਹੀ ਕਹਿੰਦਾ ਹੋਇਆ ਕਿ ਮੈਂ ਤਾਂ ਜਾ ਸਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਂਗਰਸ ਪਾਰਟੀ ਦੇ ਉਮੀਦਵਾਰ ਮੇਰੇ ਬਹੁਤ ਪਿਆਰੇ ਜੀ ਸਰਦਾਰ ਜਗਜੀਤ ਸਿੰਘ ਜੱਗੀ, ਉਹਨਾਂ ਦੀ ਚੋਣ ਦੇ ਸੰਬੰਧ ਵਿੱਚ ਮੈਂ ਤੇ ਮੇਰੇ ਸਾਥੀ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਹਾਜ਼ਰ ਹੋਏ ਹਾਂ। ਹੁਣੇ ਹੁਣੇ ਸਰਦਾਰ ਗੁਰਦੇਵ ਸਿੰਘ ਜੀ ਲਾਪਰਾ, ਬਾਬਾ ਸਾਹਿਬ ਤਰਨਜੀਤ ਸੋਨੀ ਗਾਲਬ ਜੀ, ਸਰਦਾਰ ਮਨਜੀਤ ਸਿੰਘ ਜੀ ਹੰਬੜਾ, ਕਾਕਾ ਗਰੇਵਾਲ ਜੀ, ਦੇਵੀ ਦਿਆਲ ਜੀ, ਗੀਤਾ ਜੀ ਰਸੂਲਪੁਰ, ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੰਗਤ ਰਾਏ ਪਹਿਲਵਾਨ ਜੀ ਦੇ ਸਪੁੱਤਰ ਹੈਪੀ, ਔਰ ਸਾਰੇ ਸਰਦਾਰ ਗੁਰਦੇਵ ਸਿੰਘ ਕਨੇਡਾ ਔਰ ਹਰਮਨ ਗਾਲਵ, ਸਾਰੇ ਸਤਿਕਾਰਯੋਗ ਕਾਂਗਰਸ ਬੜਾ ਕੱਟ ਸੀਗਾ, ਲੋਕਾਂ ਦਾ ਵਧੀਆ ਰਿਸਪੌਂਸ ਹੈ। ਕੀ ਕਹੋਗੇ ਕਿ ਮਤਲਬ ਐਤਕੀ ਆਪਣੀ ਜਿੱਤ ਨੂੰ ਕਿੰਨੀ ਨੇੜੇ ਦੇਖ ਰਹੇ ਹੋ? ਦੇਖੋ ਜੀ, ਜਿਹੜਾ ਇਹ ਅੱਜ ਇੰਨਾ ਇਕੱਠ ਹੈ, ਇਹ ਜਿਹੜੇ ਮੇਰੇ ਬਜ਼ੁਰਗ ਆ, ਮੇਰੇ ਦੋਸਤ ਆ, ਮੇਰੇ ਭੈਣਾਂ ਮਾਵਾਂ ਵਾ, ਇਹਨਾਂ ਦੇ ਆਸ਼ੀਰਵਾਦ ਕਰਕੇ ਹੋਇਆ ਜੀ। ਮੈਂ ਤਾਂ ਕੁਛ ਵੀ ਨਹੀਂਗਾ, ਕਿਉਂਕਿ ਮੈਂ ਜੋ ਅੱਜ ਵੀ ਇੰਨਾ ਇੱਥੇ ਕਰਕੇ ਆਇਆ ਵਾਂ, ਜਾਂ ਕੋਈ ਕੰਮ ਹੋਇਆ, ਵਿਕਾਸ ਹੋਇਆ, ਇਹਨਾਂ ਨੇ ਇੱਕ ਤਾਂ ਮੈਨੂੰ ਵੈਸੇ ਹੀ ਪਿਆਰ ਕਰਦੇ ਆ, ਇੱਕ ਵਿਕਾਸ ਮੇਨ ਇਹਨਾਂ ਦਾ ਮੁੱਦਾ ਸੀ ਵਿਕਾਸ, ਅਤੇ ਉਹ ਵਿਕਾਸ ਨੂੰ ਦੇਖ ਕੇ ਹੀ ਇੰਨਾ ਇਕੱਠ ਹੋਇਆ ਵਾ। ਵਿਕਾਸ ਤੁਸੀਂ ਪਹਿਲਾਂ ਵੀ ਕਰਵਾਤਾ ਕੌਂਸਲਰ ਬਣਨ ਤੋਂ, ਅਤੇ ਕੌਂਸਲਰ ਬਣਨ ਤੋਂ ਬਾਅਦ ਜਿਹੜਾ ਹੋਰ ਰਹਿੰਦਾ ਵਿਕਾਸ ਹੈ, ਕਿੱਦਾਂ ਮਤਲਬ ਦੇਖਦੇ ਹੋ? ਇਹ ਸਾਰੇ ਹੀ ਮੇਰੇ ਵਾਰਡ ਵਾਸੀਆਂ ਦੇ ਸੁਝਾਵਾਂ, ਅਸੀਂ ਜਿਹੜਾ ਅੱਗੇ ਪਲੈਨਿੰਗ ਕਰਾਂਗੇ ਵੀ ਸਾਡੇ ਕਿਹੜੇ ਕੰਮ ਰਹਿੰਦੇ ਆ, ਅਸੀਂ ਪਹਿਲ ਦੇ ਆਧਾਰ 'ਤੇ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜਿੱਥੇ ਬਹੁਤ ਜ਼ਿਆਦਾ ਹੀ ਮਤਲਬ ਇਸ ਟਾਈਮ ਬੁਰਾ ਹਾਲ ਆ। ਤੁਸੀਂ ਜਾ ਕੇ ਦੇਖੋ, 2-3 ਗਲੀਆਂ ਐਸੀਆਂ ਵੀ ਹੈਗੀਆਂ ਜਿਹੜੇ ਮਤੇ ਪੈ ਚੁੱਕੇ ਉਹਨਾਂ ਦੇ, ਅਤੇ ਬਸ ਇਹ ਤੋਂ ਬਾਅਦ ਹੀ ਇਲੈਕਸ਼ਨ ਤੋਂ ਬਾਅਦ ਹੀ ਅਸੀਂ ਕੰਮ ਸ਼ੁਰੂ ਕਰਾ ਦਾਂਗੇ। ਠੀਕ, ਇੱਧਰ ਆਖਣ ਸਪੀਚ ਕਰਾ ਦਿਓ, ਇੱਕ ਇੱਕ ਰਾਈਟ ਲੈ ਲਓ। ਠੀਕ ਆ ਵੀ, ਕਿਸ ਤਰ੍ਹਾਂ ਜੱਗੀ ਜੀ ਉਮੀਦਵਾਰ ਨੇ, ਅਸੀਂ ਇਹਨਾਂ ਦੇ ਵਿਕਾਸ ਦਾ ਕੰਮ ਦੇਖਿਆ, ਜੋ ਇਹਨਾਂ ਨੇ MC ਬਣਨ ਤੋਂ ਪਹਿਲਾਂ ਹੀ ਕਰਾ ਦਿੱਤਾ,
वह एक एम सी भी नहीं करा सकते। एम सी बन के तो साढ़ा इन्ना विकास करा एक एम एल ए के बराबर असं चाहते हैं साढ़े विकास हो जीत दवाने तो जगराओं चो असी एक नंबर से सब तो वीडी टीम इन्होंने जितावे ये साडा वायदा इन्होंने जी। ये सारा काम जिन्ना भी है डिवेलपमेंट का जो भी काम हुण तक होया ये सारा मलकीत सिंह दाखा जी रहनुमाई के अंदर तो जग्गी जी की सपोर्ट के नाल साडे पुत्र जी सपोर्ट के नाल होया। साढ़े अगे भी जो गलियां रहिंदियां ने दो तीन उन्होंने टेंडर पै चुके हैं मते एसटीमेट सारे लग चुके हैं। असी एकदम चोणों तो बाद वो काम शुरू करांगे। इस तों इलावा असी एक पार्क एक साडी धर्मशाला पुरानी गोल्डन बाग दे विच धर्मशाला दे उत्ते साडा तगड़ा प्रोजेक्ट चल रहा शुरू कर दिता गया। असी कुछ असी आपकी निजी सेवा कर रहे हैं फिर कुछ गवर्नमेंट के थ्रू भी सेवा लवेंगे तो वह धर्मशाला कंप्लीट किया जाऊगा प्लस असी पार्क की कोशिश करा पार्क बनाया जाऊगा जेड़ा इन्ह ने बनने तो पहला ही करवा दिता। असी इन्हों के तह दिलों शुक्र गुजार हाँ मलकीत सिंह दाखा जी के तह दिलों शुक्र गुजार हाँ जिन्होंने ग्रांट दे के साडे महल्ले नूं एक नंबर बनाया।